ਜਿਹੜੀ ਪਲੇਸ ਤੇ ਆਪਾਂ ਹੁਣ ਚੱਲੇ ਆ ਗਾਇਸ ਉੱਥੇ ਦਾ ਬੋਮ ਕੱਟ ਜਾਣਿਆਂ ਨੂੰ ਪਤਾ। ਸੋ ਗਾਇਸ ਜੋ ਆ ਵਾਲਾ ਹੈਗਾ ਵਾ ਸਾਰਾ ਸੁਨਸਾਨ ਏਰੀਆ, ਸੋ ਮੈਂ ਤੁਹਾਨੂੰ ਇੱਕੋ ਸਲਾਹ ਦਵਾਂਗਾ ਕਿ ਇਕੱਲੇ ਨਾ ਆਇਓ। ਹੈਲੋ ਆਂਟੀ ਜੀ, ਜਦ ਪਹਿਲੀ ਵਾਰੀ ਮੈਂ ਇੱਥੇ ਆਇਆ ਸੀਗਾ ਮੈਨੂੰ ਆਵਲੀ ਜਗ੍ਹਾ ਦੇ ਨਾਲ ਪਿਆਰ ਹੋ ਗਿਆ ਸੀਗਾ ਯਾਰ, ਇੱਥੇ ਮੈਨੂੰ ਹਿਮਾਚਲ ਦੇ ਨਾਲ ਪਿਆਰ। ਸੋ ਹੇ ਗਾਇਸ, ਗੁੱਡ ਮਾਰਨਿੰਗ ਐਂਡ ਵੈਲਕਮ ਬੈਕ ਟੂ ਦੀ ਨਿਊ ਵਲੌਗ। ਕਾਫੀ ਟਾਈਮ ਬਾਅਦ ਵਿੱਚ ਪਹਾੜਾਂ ਵਾਲੀ ਸਾਈਡ ਵੱਲ ਦਾ ਪਲੈਨ ਬਣਿਆ ਵਾ, ਅਤੇ ਪਹਿਲਾਂ ਆਪਣਾ ਪਲੈਨ ਕੁਛ ਹੋਰ ਸੀਗਾ, ਆਪਾਂ ਜਾ ਰਹੇ ਸੀਗੇ ਜਲੰਧਰ, ਬਟ ਹੁਣ ਪਲੈਨ ਚੇਂਜ ਹੁੰਦਾ ਪਿਆ ਅਤੇ ਅਸੀਂ ਜਾ ਰਹੇ ਹਾਂ ਢੋਲਵਾਹਾ, ਕੁੱਕਾਨੇਟ ਅਤੇ ਵਗੈਰਾ ਵਗੈਰਾ। ਚਲੋ ਦਿਖਾਉਂਦੇ ਹਾਂ ਤੁਹਾਨੂੰ ਹੁਣ ਅੱਗੇ। ਆ ਮਾਤਾ ਮੈਂ ਫਾਈਨਲੀ ਯਾਰ ਹੁਣ ਘਰੋਂ ਨਿਕਲ ਗਏ ਹਾਂ। ਆਈ ਹੋਪ ਕਿ ਯਾਰ ਸਾਰਾ ਕੁਛ ਵਧੀਆ ਜਾਵੇ, ਕੋਈ ਨਾਕਾ ਨੁੱਕਾ ਨਾ ਮਿਲੇ ਸਾਨੂੰ, ਜਿੱਦਾਂ ਜਾਂਦੇ ਪਏ ਉੱਦਾਂ ਹੀ ਵਾਪਸ ਆਈਏ, ਨਾ ਹੀ ਬਾਈਕ ਬੁਈਕ ਦਾ ਕੁਛ ਕਾਂਡ ਹੋਵੇ। ਵਾਹਿਗੁਰੂ। ਸੋ ਗਾਇਸ ਪਹਿਲਾਂ ਆਪਾਂ ਇੱਥੋਂ ਦੀ 50 ਰੁਪਏ ਦਾ ਤੇਲ ਪਵਾਵਾਂਗੇ, ਬਿਕੋਜ਼ ਸਾਡਾ ਉੱਥੇ ਤੱਕ ਜਾਣ ਦਾ ਤੇਲ ਨਹੀਂ ਹੋਣਾ ਇਹਦੇ ਵਿੱਚ, ਅਤੇ ਬਾਕੀ ਦਾ ਤੇਲ ਆਪਾਂ ਅੱਗੇ ਪਵਾਵਾਂਗੇ ਮੈਂ ਪਾਉਂਦਾ। ਸੋ ਨਾ ਵੀ ਆਰ ਲਿਵਿੰਗ। ਗਾਇਸ ਆਹ ਰਾਸਤਾ ਹੈਗਾ ਜੋ ਜਾਂਦਾ ਵਾ ਸਿੱਧਾ ਬਾਰੀਖਾਟ ਨੂੰ ਢੋਲਵਾਹੇ ਵਾਲੀ ਸਾਈਡ ਵੱਲ। ਘਰ ਧੂਆਂ ਧੂਆਂ ਤਨ ਹਰ ਬਦਲੀ ਚਲਿਆ ਤੇ ਹੈ ਚੁਨੇ ਔਰ ਕੋਈ ਬਦਲੀ ਕਭੀ ਕਹੀਂ ਕਰਦੇ ਤਨ। ਸੋ ਹੁਣ ਆਪਾਂ ਫਿਰ ਦੁਬਾਰਾ ਤੋਂ ਇੱਥੇ ਦੀ ਤੇਲ ਪਵਾਉਣ ਲੱਗੇ ਹਾਂ, ਬਿਕੋਜ਼ ਇੱਥੇ ਦੀ ਸਾਨੂੰ ਸਹੀ ਲੱਗਦਾ, ਬਾਕੀ ਜਿਹੜੇ ਦੂਸਰੇ ਵਾਲੇ ਹੈਗੇ ਆ ਉੱਥੋਂ ਦੀ ਸਾਨੂੰ ਸਹੀ ਨਹੀਂ ਲੱਗਦਾ ਕਿ ਤੇਲ ਪਵਾਉਣਾ, ਤਾਂ ਕਰਕੇ ਆਪਾਂ ਉੱਥੇ ਦੀ ਘੱਟ ਪਾਇਆ ਸੀਗਾ ਅਤੇ ਇੱਥੇ ਦੀ ਜ਼ਿਆਦਾ ਪਵਾਂਗੇ। ਯਾਰ ਜੋ ਆਵਲਾ ਹੈਗਾ ਨਾ ਸਾਰੀ ਰੋਡ ਦਸੜਕੇ ਰੋਡ ਕਹਿੰਦੇ ਹਨਾ ਅਮਨ ਇਹਨੂੰ, ਦਸੜਕਾ ਖਾਣ ਪੀਣ ਲਈ ਚਾਹੀਦਾ ਤਾਂ ਤੁਸੀਂ ਇੱਥੋਂ ਬਾਏ ਕਰ ਸਕਦੇ ਆ, ਕਾਫੀ ਸਾਰੀਆਂ ਦੁਕਾਨਾਂ ਹੈਗੀਆਂ, ਇਸ ਤੋਂ ਅੱਗੇ ਮੋਸਟਲੀ ਜੰਗਲ ਟਾਈਪ ਹੀ ਆ, ਅਤੇ ਜੋ ਆਹ ਵਾਲੀ ਰੋਡ ਹੈਗੀ ਆ ਸਿੱਧਾ ਪਠਾਨਕੋਟ ਨੂੰ ਨਿਕਲਦੀ ਆ, ਕਿੱਧਰ ਤਾਂ ਸਾਨੂੰ ਨੌਲੇਜ ਨਹੀਂ ਹੈਗੀ ਇੰਨੀ। ਹੁਸ਼ਿਆਰਪੁਰ ਨਹੀਂ ਯਾਰ, ਮਾਮਾ ਹੁਸ਼ਿਆਰਪੁਰ ਦਾ ਰੋਡ ਐਂਡ ਗਾਇਸ ਇੱਥੇ ਵੀ ਇੱਕ ਨਾਕਾ ਲੱਗਾ ਹੁੰਦਾ, ਸੋ ਜਦੋਂ ਵੀ ਤੁਸੀਂ ਆਓਗੇ ਤਾਂ ਧਿਆਨ ਨਾਲ ਦੇਖ ਕੇ ਆਇਓ, ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਤਾਂ। ਸਿੱਧਾ ਨਹੀਂ ਜਾਵਾਂਗੇ ਢੋਲਵਾਹੇ ਨੂੰ ਜਿਹੜਾ ਰੋਡ ਜਾਂਦਾ, ਆਪਾਂ ਜਾਵਾਂਗੇ ਲੈਫਟ ਸਾਈਡ। ਜਿਹੜੀ ਪਲੇਸ ਤੇ ਆਪਾਂ ਹੁਣ ਚੱਲੇ ਹਾਂ ਗਾਇਸ ਉੱਥੇ ਦਾ ਬੋਮ ਕੱਟ ਜਾਣਿਆਂ ਨੂੰ ਪਤਾ।
ਟਾਂਡੇ ਤੋਂ ਹੈਗੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਮੋਸਟਲੀ 10% ਲੋਕਾਂ ਨੂੰ ਪਤਾ ਹੋਣਾ ਆ ਵਾਲੀ ਪਲੇਸ ਬਾਰੇ ਯਾਰ ਐਂਡ ਆ ਐਂਡ ਤੁਸੀਂ ਉੱਥੇ ਜਾਓਗੇ ਮੈਂ ਫਸਟ ਟਾਈਮ ਜਦੋਂ ਗਿਆ ਸੀਗਾ ਮੈਨੂੰ ਇੰਨਾ ਵਧੀਆ ਫੀਲ ਹੋਇਆ ਸੀਗਾ ਮੈਟਰੋ ਵਾਹੇ ਵਾਲੀ ਸਾਈਡ ਵੱਲ ਪਹਿਲੀ ਵਾਰੀ ਇੱਧਰ ਹੀ ਗਿਆ ਸੀਗਾ ਇੱਥੇ ਜੇ ਨਾਂ ਲਿਖਿਆ ਹੋਇਆ ਤਾਂ ਤੁਹਾਨੂੰ ਨਾਮ ਬਾਰੇ ਦੱਸਦੇ ਹਾਂ ਸਬਰ ਗੁਰੂ ਸੋ ਚੱਲਦੇ ਹਾਂ ਯਾਰ ਬਾਅਦ ਵਿੱਚ ਜਾ ਕੇ ਦੇਖ ਲਾਂਗੇ ਪਤਾ ਨਹੀਂ ਯਾਰ ਜਗ੍ਹਾ ਦਾ ਨਾਮ ਕੀ ਹੈਗਾ ਵਾ ਜਗ੍ਹਾ ਦਾ ਨਾਮ ਕੀ ਆ ਨਾਮ ਕੀ ਆ ਜਗ੍ਹਾ ਦਾ ਓਕੇ ਥੈਂਕ ਯੂ ਸੋ ਗਾਈਸ ਜੋ ਜਗ੍ਹਾ ਦਾ ਨਾਮ ਹੈਗਾ ਵਾ ਰਾਮ ਤਟ ਵਾਲੀ ਆ ਮੇਰੇ ਦਿਮਾਗ ਵਿੱਚ ਨਿਕਲ ਗਿਆ ਸੀਗਾ ਐਂਡ ਪਲੇਸ ਆ ਚਲੋ ਧਿਆਨ ਨਾਲ ਜਾਈ ਉੱਥੋਂ ਬੜੀ ਸ਼ਾਂਤੀ ਏ ਕੱਢ ਲਾ ਮਨ ਅੰਦਰ ਹੀ ਬੂਟ ਲਾ ਲਈਏ ਰਾਮ ਟਟਵਾਲ ਵਾਲੀ ਸਾਈਡ ਸੋ ਗਾਈਸ ਜੋ ਆਹ ਵਾਲਾ ਹੈਗਾ ਵਾ ਸਾਰਾ ਸੁਨਸਾਨ ਏਰੀਆ ਸੋ ਮੈਂ ਤੁਹਾਨੂੰ ਇੱਕੋ ਸਲਾਹ ਦੇਵਾਂਗਾ ਕਿ ਇਕੱਲੇ ਨਾ ਆਇਓ ਜਿੱਦਾਂ ਦੋ ਜਾਣੇ ਵੀ ਨਾ ਆਇਓ ਦੋ ਤੋਂ ਜ਼ਿਆਦਾ ਜਾਣੇ ਆਇਓ ਜ਼ਰੂਰ ਠੀਕ ਆ ਆਪਾਂ ਤਾਂ ਪਾਗਲ ਹਾਂ ਨਹੀਂ ਯਾਰ ਪਾਗਲ ਪੁਗਲ ਦੀ ਗੱਲ ਨਹੀਂ ਇੱਥੇ ਜਾਨਵਰ ਵੀ ਹੋ ਸਕਦੇ ਆ ਠੀਕ ਆ ਸੂਰ ਸਾਰ ਘੁੰਮਦੇ ਰਹਿੰਦੇ ਆ ਅਤੇ ਕਾਫੀ ਸੁਨਸਾਨ ਏਰੀਆ ਸੋ ਸਮਝ ਸਕਦੇ ਤੁਸੀਂ ਬਾਕੀ ਪਿੱਛੇ ਖੂਹ ਹੈਗਾ ਜਦੋਂ ਪਹਿਲੀ ਵਾਰੀ ਆਏ ਸੀਗੇ ਯਾਰ ਇੱਥੇ ਆਣ ਕੇ ਆਪਾਂ ਨਹਾਤੇ ਸੀਗੇ ਬਿਕੋਜ਼ ਆਪਾਂ ਸਾਰੇ ਮਿੱਟੀਓ ਮਿੱਟੀ ਹੋ ਗਏ ਸੀਗੇ ਸੋ ਜਦ ਪਹਿਲੀ ਵਾਰੀ ਮੈਂ ਇੱਥੇ ਆਇਆ ਸੀਗਾ ਮੈਨੂੰ ਆਹ ਵਾਲੀ ਜਗ੍ਹਾ ਦੇ ਨਾਲ ਪਿਆਰ ਹੋ ਗਿਆ ਸੀਗਾ ਯਾਰ ਇੱਥੇ ਮੈਨੂੰ ਹਿਮਾਚਲ ਦੇ ਨਾਲ ਪਿਆਰ ਹੋ ਗਿਆ ਪਹਾੜਾਂ ਵਾਲੀ ਸਾਈਡ ਵੱਲ ਜਾਣ ਦਾ ਮੇਰਾ ਮਨ ਕਰਨ ਲੱਗ ਪਿਆ ਸੋ ਆਈ ਥਿੰਕ ਮੈਂ ਯੂਟਿਊਬ ਵੀ ਤਾਂ ਹੀ ਜੁਆਇਨ ਕੀਤਾ ਵਾ ਤਾਂ ਜੋ ਮੈਂ ਇੱਦਾਂ ਦੀ ਜਗ੍ਹਾ 'ਤੇ ਘੁੰਮ ਸਕਾਂ ਮੇਰਾ ਡ੍ਰੀਮ ਆ ਕਿ ਘੁੰਮਦੇ ਰਹੀਏ ਬਸ ਅਮਨ ਕਿੰਨਾ ਸੁਨਸਾਨ ਹੈ ਨਾ ਚੈੱਕ ਕਰੋ ਯਾਰ ਅਸੀਂ ਆਪਣੇ ਬੂਟ ਨਹੀਂ ਪਾ ਕੇ ਕਿੱਥੇ ਲਗੋਈਏ ਲੈ ਧੂੰਆਂ ਧੂੰਆਂ ਤਨ ਹਰ ਬਦਲੀ ਚਲੇ ਆਤੀ ਹੈ ਚੂਨੇ ਔਰ ਕੋਈ ਬਦਲੀ ਕਭੀ ਕਹੀ ਕਰਦੇ ਤਨ ਗੀਲਾ ਯੇ ਹੈ ਬਿਨਾ ਹੋ ਮੰਜ਼ਰ ਪਰ ਮੈਂ ਰੁਕਾ ਨਹੀਂ ਕਭੀ ਖੁਦ ਸੇ ਵੀ ਮੈਂ ਮਿਲਾ ਨਹੀਂ ਇਹ ਗਿਲਾ ਤੋ ਹੈ ਮੈਂ ਖਪਾ ਤੁਸੀਂ ਆਹ ਸੋਚ ਰਹੇ ਹੋਣੇ ਕਿ ਸਵਾਬ ਸਾਨੂੰ ਆਹ ਕੁਛ ਕਹਿੰਦਾ ਪਿਆ ਅਤੇ ਆਪ ਤੂੰ ਹੀ ਦੋ ਜਾਣੇ ਹੀ ਆਏ ਹਾਂ ਨਾ ਹੀ ਕੋਈ ਸੇਫਟੀ ਹੈਗੀ ਆ ਆਪਾਂ ਤਾਂ ਕਰਕੇ ਆਏ ਹਾਂ ਬਿਕੋਜ਼ ਅਮਨ ਦੇ ਨਾਨਕੇ ਇੱਥੇ ਹੀ ਆ ਓ ਮਾਈ ਗੋਡ ਅਮਨ ਦੇ ਨਾਨਕੇ ਇੱਥੇ ਹੀ ਆ ਸੋ ਜੇ ਕੋਈ ਵੀ ਗੱਲ ਗੁੱਲ ਹੋਈ ਤਾਂ ਆਪਾਂ ਉਹਨਾਂ ਨੂੰ ਬੁਲਾ ਸਕਦੇ ਹਾਂ ਬੈਕਅਪ ਓ ਮਾਈ ਗੋਡ ਮਾਂ ਜੇ ਚੈੱਕ ਕਰੋ ਹਾਂ ਇੱਧਰ ਇੱਧਰ ਅੱਗੇ ਨਾ ਅਮਨ ਖਾਲੀ ਜਗ੍ਹਾ ਹੈ ਇੱਥੇ ਰੋਕਦੇ ਪੈਰ ਪੂਰ ਧੋਈਏ ਨੇਚਰ ਆ ਯਾਰ ਨੇਚਰ ਐਂਡ ਆ ਕ
ਕਿੱਦਾਂ ਤਾਂ ਲੱਗਾ ਆਣ ਕੇ? ਅਮਨ ਤਾਂ ਚਲੋ ਆਉਂਦਾ ਹੀ ਰਹਿੰਦਾ, ਤੁਹਾਡੇ ਨਾਨਕੇ ਆ, ਅਮਨ ਦੇ ਨਾਨਕੇ ਆ। ਚਾਬੀ ਕੱਢ ਲਈ? ਚੱਲ ਆਇਆ ਚਲੀਏ ਫਿਰ। ਹੋਰ ਤਾਂ ਜਦੋਂ ਆਪਾਂ ਪਹਿਲੇ ਆਏ ਸੀਗੇ ਨਾ, ਅਤੇ ਜਿਹੜਾ ਪਾਣੀ ਹੈਗਾ ਆਹ ਉੱਥੇ ਨਾ ਨਿੱਕੀਆਂ ਨਿੱਕੀਆਂ ਜੀਆਂ ਨਾ ਉਹ ਸੀਗੀਆਂ ਮਛਲੀਆਂ ਜੀਆਂ, ਅਤੇ ਮੈਂ ਦੇਖਾਂ ਮੈਂ ਸਾਰਿਆਂ ਨੂੰ ਕਹਾਂ ਮਛਲੀ ਉਹ ਮਛਲੀ ਮਛਲੀ, ਮੈਂ ਕਿਹਾ ਨਿੱਕੀ ਨਿੱਕੀ ਮਛਲੀ। ਅਤੇ ਜਦੋਂ ਮੈਂ ਇੱਥੇ ਆਇਆ ਨਾ, ਅਤੇ ਫਿਰ ਮੈਨੂੰ ਅਮਨ ਨੇ ਦੱਸਿਆ, ਕਹਿੰਦਾ ਮਛਲੀ ਨਹੀਂ ਡੱਡੂ ਦੇ ਬੱਚੇ ਸੀਗੇ ਉਹ, ਹੁਣ ਨਹੀਂ ਹੈਗੇ ਨਾ ਯਾਰ, ਪਾਣੀ ਨਹੀਂ ਹੁਣ ਨਹੀਂ ਹੈਗੇ। ਆਪਾਂ ਪਹਿਲਾਂ ਉਹ ਵਾਲੀ ਸਾਈਡ 'ਤੇ ਰੋਕਿਆ ਸੀਗਾ ਮੋਟਰਸਾਈਕਲ ਆਪਣਾ, ਮੈਂ ਸੀਗਾ, ਅਮਨ ਸੀਗਾ, ਉਹ ਅਮਨ ਕਹਿੰਦਾ ਪਿਆ, ਮੈਂ ਸੀਗਾ, ਮਨਮੀਤ ਸੀਗਾ, ਅਤੇ ਉਹਦੇ ਦੋ ਦੋਸਤ ਸੀਗੇ। ਅਤੇ ਉਹਨਾਂ ਨੂੰ ਛੱਡ ਕੇ ਆਉਣਾ, ਫਿਰ ਮੈਂ ਇਕੱਲਾ ਗਿਆ ਸੀਗਾ ਅੱਗੇ, ਅਤੇ ਇਕੱਲਾ ਜਦੋਂ ਗਿਆ ਨਾ, ਅਤੇ ਯਾਰ ਮੈਂ ਡਰ ਗਿਆ, ਕਿਉਂਕਿ ਅੱਗੇ ਤੱਕ ਗਿਆ ਅਤੇ ਫਿਰ ਨਾ ਅਮਨ ਮੈਂ ਨਾ ਅੱਗੇ ਤੱਕ ਗਿਆ, ਅਤੇ ਮੋਟਰਸਾਈਕਲ ਸੀਗਾ ਮੇਰੇ ਤੋਂ ਹੈ ਫਸ ਗਿਆ ਅੱਗੇ ਜਾ ਕੇ। ਮੈਂ ਦੇਖਾਂ ਮੈਂ ਕੱਢਾ ਕਿੱਦਾਂ ਅੱਗੇ ਜਾ ਕੇ, ਹੈ ਨਾ ਗਾਈਸ, ਹੋਰ ਜਿੱਦਾਂ ਆਹ ਤਾਂ ਖੁੱਲ੍ਹਾ ਖੁੱਲ੍ਹਾ ਏਰੀਆ ਨਾ, ਆਹ ਦੇਖੋ ਅੱਗੇ ਜਾ ਕੇ ਇੱਕਦਮ ਭੀੜੀ ਭੀੜੀ ਸਾਈਡ ਹੋ ਜਾਂਦੀ ਆ। ਮੈਂ ਡਰ ਗਿਆ, ਮੈਂ ਕਿਹਾ ਜੇ ਇੱਥੇ ਕਿਤੇ ਸੂਰ ਸਾਰ ਪੈ ਗਿਆ ਨਾ ਮੈਨੂੰ, ਮੈਂ ਗਿਆ। ਹੁਣ ਇੱਥੇ ਦੋ ਚਾਰ ਫੋਟੋ ਮੈਂ ਕਲਿੱਕ ਕਰਦੇ ਹਾਂ, ਅਤੇ ਉਸ ਤੋਂ ਬਾਅਦ ਚੱਲਦੇ ਹਾਂ ਢੋਲ ਵਾਹੇ, ਅਤੇ ਚਲੋ ਚੱਲਦੇ ਹਾਂ। ਗਾਈਸ ਤੁਸੀਂ ਚੈੱਕ ਕਰੋ, ਆਈ ਡੋਂਟ ਨੋ ਤੁਹਾਨੂੰ ਨਜ਼ਰ ਆਉਂਦਾ ਪਿਆ ਜਾਂ ਨਹੀਂ ਆਉਂਦਾ ਪਿਆ, ਤਿੱਤਲੀਆਂ ਇੱਥੇ ਨਿੱਕੀਆਂ ਨਿੱਕੀਆਂ ਜੀਆਂ, ਪੈਰ ਧੱਸ ਜਾਣੇ ਨਾ ਆਪਣੇ ਇਹਦੇ ਵਿੱਚ, ਕੰਡੇ ਕੁੰਡੇ ਨਾ ਹੋਵੇ, ਬਾਕੀ ਤਾਂ ਸਾਰਾ ਸੈੱਟ ਆ। ਉਹ ਦੇਖੋ ਸੋ ਗਾਈਸ, ਆਹੀ ਜਗ੍ਹਾ ਜਿਹਦੇ ਕਰਕੇ ਮੈਨੂੰ ਪਹਾੜ ਵਧੀਆ ਲੱਗਦੇ ਆ, ਜਿਹਦੇ ਕਰਕੇ ਮੈਂ ਯੂਟਿਊਬ ਸਟਾਰਟ ਕੀਤਾ, ਜਿਹਦੇ ਕਰਕੇ ਮੈਨੂੰ ਹਿਮਾਚਲ ਵਧੀਆ ਲੱਗਦਾ। ਆਈ ਥਿੰਕ ਜੇ ਮੈਂ ਇੱਥੇ ਨਾ ਆਉਂਦਾ ਤਾਂ ਮੈਂ ਕਦੀ ਹਿਮਾਚਲ ਬਾਰੇ ਨਾ ਸੋਚਣਾ ਹੀ ਨਹੀਂ ਸੀਗਾ, ਬਟ ਹੁਣ ਤਾਂ ਪਿਆਰ ਏ। ਸੋ ਗਾਈਸ, ਹੁਣ ਆਪਾਂ ਇੱਥੋਂ ਹੀ ਚੱਲੇ ਹਾਂ ਵਾਪਸ ਘਰੇ, ਅਤੇ ਆਈ ਹੋਪ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ ਜਗ੍ਹਾ ਵਾਲੀ। ਓ ਹਾਂ ਸੱਚ, ਅਮ ਤੇਰੇ ਘਰੇ ਨਾਨਿਆਂ ਘਰੇ ਚੱਲੇ ਹਾਂ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਜਗ੍ਹਾ ਵਧੀਆ ਲੱਗੀ ਆ, ਅਤੇ ਯਾਰ ਲਾਈਕ ਕਰ ਦਿਉ ਹੁਣੇ, ਅਤੇ ਸ਼ੇਅਰ ਕਰ ਦਿਉ ਤਾਂ ਜੋ ਬਾਕੀਆਂ ਨੂੰ ਵੀ ਪਤਾ ਚੱਲੇ ਕਿ ਹੁਸ਼ਿਆਰਪੁਰ ਵਿੱਚ ਵੀ ਇੱਦਾਂ ਦੀ ਜਗ੍ਹਾ ਹੈ। ਉੱਥੇ ਜਾ ਕੇ ਬਾਈਕ ਵੀ ਧੋਲਾਂਗੇ ਪਾਣੀ ਮਾਰ ਮਾਰ ਕੇ, ਸਾਹਮਣੇ ਦੇਖੋ ਨਿੱਕਾ ਜਿਹਾ ਪਹਾੜ। चला उड़ के छोड़ा है जहान नीचे, मैं तुम्हारे बहू हवाले, अब दूर दूर लोग बाग मिलो दूर ये वादियां, घर धुआं धुआं तन हर बदली चले आती है चूने, और कोई बदली कभी कहीं करते तन गीला ये है बिना हो, मंजर पर मैं रुका नहीं कभी खुद से भी मैं मिला नहीं। बाय गाओ आंटी, शहर एक से गाओ एक से, बाय आंटी, सॉरी आंटी की बच्ची, बाय 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 आंटी, जरा एक से गया। हाँ देखो कितना अलग अलग जगह बनिया पिया, बाय बाय अंकल, जैसे सपने ये किताबी पलकों से चाड़ो पिला जाते हैं, इतने सारे सपने क्या कहूँ किस तरह से मैंने तोड़े छोड़े हैं, क्यों फिर साथ चले मुझे लेके उड़े ये क्यों, वो, 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 वो,
ਆਏ ਸੀਗੇ ਉੱਥੋਂ ਹੀ ਆਪਾਂ ਵਾਪਸ ਚੱਲੇ ਹਾਂ ਤੇ ਤੁਸੀਂ ਆਹ ਗਲਤੀ ਨਾ ਕਰਿਓ ਕਿ ਅੱਗੇ ਨਾ ਨਿਕਲ ਜਿਓ ਬਸ ਬੂਟ ਆਪਣੇ ਹੈਗੇ ਆ ਉਹ ਦੇਖੋ ਪੈਰਾਂ ਦਾ ਕੀ ਹਾਲ ਹੋਇਆ ਪਿਆ ਮੋਟਰਸਾਈਕਲ ਚੈੱਕ ਕਰੋ ਯਾਰ ਚੰਗਾ ਹੋਇਆ ਮੈਨੂੰ ਧੋ ਕੇ ਨਹੀਂ ਲਿਆ ਨਹੀਂ ਤੇ ਇਹਨੇ ਹੋਰ ਗੰਦੇ ਹੋਣਾ ਸੀ ਅਮਨ ਮੋਟਰਸਾਈਕਲ ਧੋਣਾ ਹੋਰ ਗੰਦਾ ਹੋ ਜਾਣਾ ਮਜ਼ਾ ਆ ਗਿਆ ਪਹਿਲਾਂ ਪੈਰ ਧੋਈਏ ਯਾਰ ਰਾਤ ਹੋਰ ਗੰਦੇ ਹੋ ਗਏ ਕਿੱਥੇ ਧੋਈਏ ਅੰਦਰ ਮੰਦਰ ਦੇ ਚਲੋ ਮੰਦਰ ਵੀ ਦਿਖਾਈ ਨਹੀਂ ਦਿੰਦੇ ਤੁਹਾਨੂੰ ਚਲਾ ਚਲੀਏ ਇੱਥੇ ਖੂਹ ਆ ਜਦੋਂ ਪਹਿਲੀ ਵਾਰੀ ਆਏ ਸੀਗੇ ਤਾਂ ਆਪਾਂ ਇੱਥੇ ਨਹਾਤੇ ਸੀਗੇ ਆ ਬਾਲਟੀ ਤੋਂ ਸੁੱਟੋ ਬਾਲਟੀ ਗੈਪ ਹੋ ਗਈ ਓਏ ਆਉ ਆਂਦਾ ਆਂਦਾ ਉਹ ਸਾਰੇ ਨਹੀਂ ਰੁਕ ਅਮਰ ਚੰਗਾ ਆਇਆ ਥੋੜ੍ਹੀ ਜਿਹੀ ਉਧਰਲੀ ਸਾਈਡ ਸੀਗੇ ਨਹੀਂ ਤਾਂ ਹੋਣਾ ਹੀ ਕਾਂਡ ਆ ਜਗ੍ਹਾ ਨੂੰ ਨੀ ਕਦੀ ਭੁੱਲ ਸਕਦਾ ਚੱਲਦੇ ਹਾਂ ਇੱਥੋਂ ਵਾਪਸ ਵਾਪਸ ਨਹੀਂ ਇਸ ਤੋਂ ਅੱਗੇ ਚੱਲਦੇ ਹਾਂ ਪਹਿਲਾਂ ਜਾਵਾਂਗੇ ਢੋਲ ਵਾਹੇ ਉਸ ਤੋਂ ਬਾਅਦ ਜਾਵਾਂਗੇ ਬਾਰੀ ਖੱਡ